ਦੇਖਦੇ ਦੇਖਦੇ ਡੂੰਗੀ ਖਾਈ ਚ ਜਾ ਡਿੱਗਿਆ ਕੈਂਟਰ। ਰਾਤ ਸਮੇਂ ਵਾਪਰੀ ਵੱਡੀ ਘਟਨਾ ਤਾਂ ਦੱਸਦੀ ਹੈ ਕਿ ਇੱਕ ਕੈਂਟਰ ਜੋ ਕਿ ਦੇਖਦੇ ਹੀ ਦੇਖਦੇ ਆਪਣਾ ਸੰਤੁਲਨ ਖੋ ਦਿੰਦਾ ਹੈ ਤਾਂ ਇਹ ਇੱਕ ਸੜਕ ਦੇ ਕਿਨਾਰੇ ਤੇ ਜਾ ਟਕਰਾਉਂਦਾ ਹੈ ਤੇ ਫਿਰ ਸਿੱਧਾ ਖਾਈ ਦੇ ਵਿੱਚ ਜਾ ਡਿੱਗਦਾ ਹੈ। ਤਾਂ ਇਸ ਸੰਬੰਧੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕੈਂਟਰ ਦੇ ਨਾਲ ਇੱਕ ਬਾਈਕ ਵੀ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਸਦੀ ਜਾਨ ਵੀ ਵਾਲ ਵਾਲ ਬਚਦੀ ਹੈ ਤਾਂ ਪਿੱਛੇ ਕਈ ਹੋਰ ਗੱਡੀਆਂ ਵੀ ਆ ਰਹੀਆਂ ਹੁੰਦੀਆਂ ਨੇ ਤਾਂ ਇਸ ਨੂੰ ਵੇਖ ਕੇ ਉਹ ਵੀ ਰੁਕ ਜਾਂਦੀਆਂ ਨੇ ਤੇ ਜੇਕਰ ਉਹ ਲੰਘਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਵੀ ਸ਼ਾਇਦ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ। ਤਾਂ ਜਿਵੇਂ ਹੀ ਇਹ ਗੱਡੀ ਖਾਈ 'ਚ ਡਿੱਗੀ ਤਾਂ ਮੌਕੇ 'ਤੇ ਇਸਦੇ ਚਾਲਕ ਨੂੰ ਬਾਹਰ ਕੱਢ ਕੇ ਇਸਦੀ ਜਾਨ ਬਚਾਈ ਗਈ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਸੋਲਨ ਤੋਂ ਸਾਹਮਣੇ ਆਇਆ ਜਿੱਥੇ ਸਫ਼ਰ ਦੇ ਦੌਰਾਨ ਇਹ ਵੱਡਾ ਹਾਦਸਾ ਹੋਇਆ। ਤਾਂ ਹਾਦਸੇ ਪਿੱਛੇ ਕੀ ਕਾਰਨ ਸੀ, ਗੱਡੀ ਦੇ ਵਿੱਚ ਕੋਈ ਖਰਾਬੀ ਸੀ ਜਾਂ ਫਿਰ ਚਾਲਕ ਨੂੰ ਨੀਂਦ ਆ ਗਈ ਸੀ, ਫਿਲਹਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹ ਜਾਂਦਾ ਹੋਇਆ ਕੈਂਟਰ ਅਚਾਨਕ ਆਪਣਾ ਸੰਤੁਲਨ ਖੋਂਦਾ ਹੈ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ, ਜਿਸ ਤੋਂ ਬਾਅਦ ਇਹ ਸਿੱਧਾ ਖਾਈ ਦੇ ਵਿੱਚ ਜਾ ਡਿੱਗਦਾ ਹੈ। ਤਾਂ ਮੌਕੇ 'ਤੇ ਹੀ ਇਸਦੇ ਚਾਲਕ ਨੂੰ ਬਾਹਰ ਕੱਢ ਕੇ ਇਸਦੀ ਜਾਨ ਬਚਾਈ ਗਈ।